ਸਾਰਿਆਂ ਕੋਆਰਟੀਓ ਟੀਮ ਦੀ ਤਰਫੋਂ ਮੈਂ ਮੁਹੰਮਦ ਰਿਆਜ਼ احمد ਟੈਕਨੀਸ਼ੀਅਨ ਆਈ ਡੋ ਨੋ ਵਾਈਟਯੂ ਟਰੈਕਟਰ ਈ ਐਕਸ 800 ਹੌਲਿੰਗ ਮਾਸਟਰ ਦੇ ਮਾਲਕ ਜਿਹੜੇ ਚਲਾ ਰਹੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਨੇ ਆ ਕਿ ਉਹਨਾਂ ਦਾ ਇਹ ਬਾਰੇ ਕੀ ਕਹਿਣਾ ਹੈ ਕਿ ਟਰੈਕਟਰ ਕਿਸ ਤਰ੍ਹਾਂ ਦਾ ਹੈ ਅਸਲਾਮੁਅਲੈਕਮ ਜੀ ਵਅਲੈਕੁਮ ਅਸਲਾਮ ਕੀ ਹਾਲ ਹੈ ਭਾਈ ਜਾਨ ਠੀਕ ਹੋ ਅਲਹਮਦੁਲਿਲਾ ਤੁਸੀਂ ਸੁਣਾਓ ਠੀਕ ਹੋ ਅਲਹਮਦੁਲਿਲਾ ਜੀ ਕੀ ਨਾਮ ਹੈ ਭਾਈ ਆਪਣਾ ਮਲਕ ਫਿਆਜ਼ ਮੇਰਾ ਨਾਮ ਹੈ ਮਲਕ ਫਿਆਜ਼ ਸਾਹਿਬ ਇਹ ਕਿਹੜੀ ਜਗ੍ਹਾ ਤੇ ਆਪਣਾ ਫਾਰਮ ਹੈ ਰਾਜਾ ਰਾਮ ਤਹਿਸੀਲ ਸੁਜਾਬਾਦ ਜ਼ਿਲ੍ਹਾ ਮਲਤਾਨ ਦੇ ਅੰਦਰ ਰਾਜਾ ਰਾਮ ਤਹਿਸੀਲ ਸੁਜਾਬਾਦ ਠੀਕ ਹੋ ਗਿਆ ਜੀ ਆਪਣੇ ਫਾਰਮ ਦਾ ਨਾਮ ਕੀ ਹੈ ਜੀ ਨੂਰ ਸੰਸ ਡੈਰੀ ਫਾਰਮ ਨੂਰ ਸੰਸ ਡੈਰੀ ਫਾਰਮ ਠੀਕ ਹੋ ਗਿਆ ਕਿੰਨੇ ਅਰਸਾ ਹੋ ਗਿਆ ਤੁਹਾਨੂੰ ਟਰੈਕਟਰ ਸਾਡਾ ਖਰੀਦੇ ਨੂੰ ਇਹ 1800 ਹਾਲਿੰਗ ਮਾਸਟਰ ਸਾਨੂੰ ਤੇ ਗਲਬਨ 1 ਮਹੀਨਾ 5 10 ਦਿਨ ਹੋ ਗਏ ਨੇ ਗੱਡੀ ਚਲਾਉਂਦੇ ਐ ਜੀ ਠੀਕ ਹੋ ਗਿਆ ਸਰ ਅੱਛਾ ਇਹਨੂੰ ਤੁਸੀਂ ਥ੍ਰੈਸ਼ਰ ਤੇ ਚਲਾ ਰਹੇ ਹੋ ਇਹ ਦੇਖ ਸਕਦੇ ਹੋ ਤੁਸੀਂ ਥ੍ਰੈਸ਼ਰ ਫੈਸਲਾਬਾਦ ਦੀ ਹੈ ਫੈਸਲਾਬਾਦ ਸਮੁੰਦਰੀ ਰੋਡ ਫੈਸਲਾਬਾਦ ਸਮੁੰਦਰੀ ਰੋਡ ਫੈਸਲਾਬਾਦ ਅੱਛਾ ਤੁਸੀਂ ਟਰੈਕਟਰ ਸਾਡਾ ਇਸਤੇਮਾਲ ਕਰ ਰਹੇ ਹੋ ਇਹਦੀ ਪਰਫਾਰਮੈਂਸ ਦੋਨੋਂ ਥ੍ਰੈਸ਼ਰ ਤੇ ਕਿਸ ਤਰ੍ਹਾਂ ਲੱਗੀ ਹੈ ਪਹਿਲੇ ਤੁਸੀਂ ਕਿਹੜਾ ਟਰੈਕਟਰ ਇਸਤੇਮਾਲ ਕੀਤਾ ਇਹਦੇ ਤੋਂ ਪਹਿਲੇ ਅਸਲ ਪਰਫਾਰਮੈਂਸ ਦੀ ਗੱਲ ਕਰੋ ਤੇ ਇਸ ਟਰੈਕਟਰ ਲਈ ਇਹ ਥ੍ਰੈਸ਼ਰ ਹੈ ਨਹੀਂ ਇਹ ਇਹਦੇ ਕੋਲ ਵੀ ਵੱਡਾ ਥ੍ਰੈਸ਼ਰ ਮੰਗਦਾ ਠੀਕ ਹੋ ਗਿਆ ਜੀ ਹਾਂਜੀ ਬਾਕੀ ਪਰਫਾਰਮੈਂਸ ਅਲਹਮਦੁਲਿਲਾ ਬਹੁਤ ਜ਼ਬਰਦਸਤ ਹੈ ਕੋਈ ਲੋਡ ਛੋੜ ਤੇ ਨਹੀਂ ਮਨਾਉਂਦਾ ਨਹੀਂ ਨਹੀਂ ਇਸ ਇਸ ਵਾਸਤੇ ਤੇ ਕਹਿ ਰਿਹਾ ਕਿ ਇਹ ਥ੍ਰੈਸ਼ਰ ਇਹਦੇ ਲਈ ਛੋਟਾ ਹੈ ਠੀਕ ਚਲੋ ਇਨਸ਼ਾਅੱਲਾ ਅਗਲੇ ਸਾਲ ਤੁਸੀਂ ਇਹਦੇ ਨਾਲ ਵੱਡੀ ਥ੍ਰੈਸ਼ਰ ਹੀ ਲਓਗੇ ਵੱਡੀ ਥ੍ਰੈਸ਼ਰ ਲਾਵਾਂਗੇ ਵੱਡੀ ਚੀਜ਼ ਹੈ ਵੱਡੀ ਥ੍ਰੈਸ਼ਰ ਮੰਗੇਗਾ ਠੀਕ ਹੋ ਗਿਆ ਜੀ ਕਿੰਨੀ ਰੇਸ ਤੇ ਨੂੰ ਚਲਾ ਰਹੇ ਹੋ ਅਸੀਂ ਇਹਨੂੰ ਚਲਾ ਰਹੇ ਹਾਂ 1450 ਰੇਸ ਤੇ 1450 ਰੇਸ ਤੇ ਬਿਹਤਰੀਨ ਚੱਲ ਰਿਹਾ ਹੈ ਬਿਹਤਰੀਨ ਚੱਲ ਰਿਹਾ ਕੋਈ ਲੋਡ ਛੋੜ ਪਹਿਲੇ ਜਿਹੜੀਆਂ ਗੱਡੀਆਂ ਸਨ ਉਹ 1700 ਰੇਸ ਲੈਦੀਆਂ ਸਨ ਲੋਡ ਫਿਰ ਵੀ ਲੈਦੀਆਂ ਸਨ ਸਹੀ ਅਗਰ ਇਹਨੂੰ ਅਸੀਂ 1700 ਤੇ ਰੱਖੀਏ ਤੇ ਪਿੱਛੇ ਮੋਠਾ ਲਾਵ ਮੋਠ ਦੋ ਬੰਦੇ ਖੜੇ ਕਰ ਦਈਏ ਪੂਰੀ ਨਹੀਂ ਹੋ ਸਕਦੀ ਅੱਛਾ ਇਸ ਵਾਸਤੇ ਅਸੀਂ 1450 ਤੇ ਚਲਾ ਰਹੇ ਹਾਂ 5 ਲੀਟਰ ਇੱਕ ਘੰਟੇ ਚ ਲੈ ਰਿਹਾ 35 ਤੋਂ 40 ਮੰਨ ਐਵਰੇਜ ਆ ਰਹੀ ਹੈ ਠੀਕ ਹੋ ਗਿਆ ਜੀ ਹੋਰ ਤੁਸੀਂ ਇਹਦੇ ਬਾਰੇ ਵਿੱਚ ਕੀ ਕਹਿਣਾ ਚਾਹੁੰਦੇ ਹੋ ਲੋਕਾਂ ਨੂੰ ਕਿ ਟਰੈਕਟਰ ਸਾਡੇ ਵੱਲੋਂ ਅਸੀਂ ਤੇ ਮਤਮਈ ਨਾ ਸਹੀ ਬਾਕੀ ਕਿਸੇ ਨੇ ਵੇਖਣਾ ਹੋਵੇ ਇੱਥੇ ਆ ਕੇ ਮੌਕੇ ਤੇ ਦੀ ਪਰਫਾਰਮੈਂਸ ਵੇਖਣ ਸਹੀ ਵੇਦੇ ਆ ਇਨਸ਼ਾਅੱਲਾ ਮਤਮਈਨ ਹੋ ਜਾਣਗੇ ਔਰ ਜਾਂਦੇ ਗੱਡੀ ਲੈਣਗੇ ਠੀਕ ਹੋ ਗਿਆ ਜੀ ਅੱਛਾ ਕੰਪਨੀ ਦੀ ਤਰਫੋਂ ਦੋਨੋਂ ਕੋਈ ਕਿਸੇ ਕਿਸਮ ਦਾ ਕੋਈ ਮਸਲਾ ਆਇਆ ਵੇ ਨਹੀਂ ਕੋਈ ਮਸਲਾ ਨਹੀਂ ਵੈਸੇ ਕਿਸੇ ਕਿਸਮ ਦਾ ਕੋਈ ਸਾਨੂੰ ਸਮਝਣ ਲਈ ਮਸਲਾ ਹੋਵੇ ਤਾਂ ਜਸਟ ਮਰਦੀ ਕਾਲ ਕਰੋ ਉਸੇ ਟਾਈਮ ਆ ਜੇ ਅੱਜ ਤੁਹਾਡਾ ਦੂਸਰਾ ਆਇਲ ਚੇਂਜ ਕਰਤਾ ਹੈ ਕਿਸੇ ਕਿਸਮ ਦਾ ਕੋਈ ਟਰੈਕਟਰ ਨੇ ਕੋਈ ਦੋਨੋਂ ਖਰਾਬੀ ਤਾਂ ਨਹੀਂ ਨੇ ਕੀਤੀ ਨਹੀਂ ਨਹੀਂ ਹਾਲੇ ਕੋਈ ਖਰਾਬੀ ਨਹੀਂ ਹੈਗੀ ਇਨਸ਼ਾਅੱਲਾ ਅੱਗੋਂ ਵੀ ਨਜ਼ਰ ਆ ਰਹੀ ਹੈ ਕੋਈ ਖਰਾਬੀ ਨਹੀਂ ਹੋਏਗੀ ਚਲੋ ਜੀ ਠੀਕ ਹੈ ਜੀ ਇਜਾਜ਼ਤ ਚਾਹਨਾ ਹੈ ਬਹੁਤ ਬਹੁਤ ਮਿਹਰਬਾਨੀ ਜਨਾਬ ਓਕੇ ਹਾਫੇ